ਅੱਜ ਆਪਾਂ ਪਹੁੰਚ ਚੁੱਕੇ ਹਾਂ ਗੋਇਲ ਮੋਟਰਸ ਤੇ ਹੁਣ ਤੁਹਾਨੂੰ ਲੈ ਕੇ ਚੱਲਦੇ ਅੰਦਰ ਆਪਾਂ ਸਮਾਨ ਵਗੈਰਾ ਸਾਰਾ ਕਢਵਾ ਲਿਆ ਹੋਇਆ ਤੇ ਹੁਣ ਤੁਹਾਨੂੰ ਅੰਦਰ ਲਿਜਾ ਕੇ ਸਾਰੀ ਸ਼ਾਪ ਦਾ ਰਿਵਿਊ ਕਰਵਾਉਣੇ ਆ ਤੇ ਆ ਗਿਆ ਦਿਵਾਂਸ਼ੂ ਵੀਰਾ ਕੀ ਹਾਲ ਚਾਲ ਆ ਵੀਰੇ ਵਧੀਆ ਸਭ ਵਧੀਆ ਆਪਾਂ ਵੈਸੇ ਤਾਂ ਸਾਰਾ ਸਮਾਨ ਇਹ ਫਾਰਮੈਲਿਟੀ ਵਾਸਤੇ ਹੁੰਦਾ ਯੂਟਿਊਬ ਦੇ ਲਈ ਵੈਸੇ ਤਾਂ ਆਪਾਂ ਸਾਰਾ ਸਮਾਨ ਕਢਵਾ ਚੁੱਕੇ ਹਾਂ ਉਰੇ ਤੁਹਾਨੂੰ ਜੀਪ ਵਿਲੀਸ ਤੇ जिप्सी थार 550 मतलब जिहड़ियां भी गड्डियां ज़्यादातर मॉडिफाई होंदियां ने उन्हां दी सारी एक्सेसरी मिल जूगी ए टू लैके जैड तक सारी जिहड़े छोटे छोटे पार्ट्स भी ना तुहानूं बाकी शॉप्स ते नहीं मिलणगे तां उरे मिल जाणगे आपां तुहानूं उरों स्टार्ट करवा दिंदे आ आह टो हुक्स पईआं ने विंजिस पए ने ते बाकी आ थोड़ियां तां अपने फॉग लाइट्स वगैरह पईआं ने ए आए नहीं उरे तुहानूं देखण नूं घट समान मिल रिहा पर वीरे उहनां कोले गैराज दे विच होर इस तों डबल समान पिया ये तो सिर्फ शो वास्ते थोड़ा लाया हुआ क्योंकि वीरे उन्हें ज़्यादातर गड्डियां तैयार करके भी सेल करते हैं तो तुम देख सकते हो तो वीरे जे किसी ने गड्डी वगैरह तैयार करवानी हो कितना का टाइम लेने हो वो तो डिपेंड होता कस्टमर की चॉइस की है जिदा हम ताड़ी गड्डी है कि तुसी आए हो कि मैं इस गड्डी मेरी गड्डी है ये अपॉलिस्ट्री कर दो दो दिन लग जाए तीन दिन मकैनिकल अपडेट्स है गया 15 दिन गड्डी देख के तुसी आईडिया दे सकदे हो उस तो बिना औखा हो जांदा क्योंकि मैं हुण कर रहा मैनूं भी पता कि हर गड्डी दी कंडीशन अड हुंदी आ हर एक दी ते मतलब जिन्ना प्रोडक्ट्स लवाउंगे उस हिसाब नाल टाइम बचदा ते वीरे उहनां कोले सीट्स भी पईआं हुंदीआं ने अनोवा दीआं लै लो किसी ने इहदे च नहीं लाउणी किसी होर परपज वास्ते सीट्स चाहीदीआं ने किसी भी गड्डी वास्ते तुहानूं हर तरहां दी सीट मिलेगी आ स्पोर्ट्स सीट्स भी मिलणगीआं रैली टाइप भी मिलणगीआं ते अनुभव वगैरह दी सीट्स भी मिल जांदियां ने ते वीरे जिहड़ी अपने इलैक्ट्रॉनिक हुंदियां ने ओह भी मिल जाणगियां हां इलैक्ट्रॉनिक फुल्ली ऑटोमेटिक पईआं फुल्ली ऑटोमेटिक हां देखो हर एक चीज नु मोटराइज्ड हैगी है साइड ते स्विचेस लगे हुए आ ऑडी बीएमडब्ल्यू वगैरह दी सीटां हैगियां मतलब थोनों सारा कुछ मिलूगा जे कोई चीज नहीं भी होगी तां वीरा मैनेज करवा दिंदा इहो जी कोई गल नहीं हैगी हर तरह दी सीट मिलूगी आ थार दीआं ग्रिल्स ने नवी थार दीआं दी भी पईआं हुंदियां ने वीरे कोले ते आ सारीआं जिप्सी वगैरह दीआं बाकी जे थोनों आपदा डिजाइन कोई चाहीदा ਉਹ ਵੀ ਬਣਵਾ ਕੇ ਦੇ ਦੇਣਗੇ ਬਿਲਕੁਲ ਇਹ ਅਸੀਂ ਖੁਦ ਹੀ ਮੈਨੂਫੈਕਚਰ ਕਰਦੇ ਹਾਂ ਇਹ ਐਂਗਰੀ ਹੋ ਗਈ ਹਮਰ ਹੋ ਗਈ ਜਿਪਸੀ ਦੀ ਕ੍ਰੋਮ ਦੇ ਵਿੱਚ ਹੋ ਗਈ ਟੋਟਲ ਜਿਹੜੀ ਵੀ ਅਸੈਸਰੀ ਥਾਰ ਹੋਵੇ ਜਿਪਸੀ ਹੋਵੇ 550 ਹੋਵੇ 540 ਅਸੀਂ ਖੁਦ ਵੀ ਮੈਨੂਫੈਕਚਰ ਕਰਕੇ ਦੇ ਦਿੰਦੇ ਹਾਂ ਤੇ ਆ ਕਿਹੜੇ ਹੁੰਦੇ ਨੇ ਵੀਰੇ ਇਹਨਾਂ ਨੂੰ ਕਹਿੰਦੇ ਨੇ ਸੈਂਡ ਇਹਨਾਂ ਨੂੰ ਸੈਂਡ ਲੈਡਰਸ ਹਾਂ ਇਹ ਵੀ ਬਹੁਤ ਵਧੀਆ ਚੀਜ਼ ਆ ਜੇ ਗੱਡੀ ਵਗੈਰਾ ਫਸ ਜਾਵੇ ਆਪਾਂ ਇਕੱਲਾ ਕੋਈ ਬੰਦਾ ਇਕੱਲਾ ਟਰੈਵਲ ਕਰਦਾ ਜਾਂ ਫੈਮਿਲੀ ਨਾਲ ਟਰੈਵਲ ਕਰਦਾ ਜੇ ਦੋ ਤਿੰਨ ਕਾਰਾਂ ਨਹੀਂ ਜਾ ਰਹੀਆਂ ਤਾਂ ਇਹਨੂੰ ਨਾਲ ਲੈ ਕੇ ਜਾਣਾ ਚਾਹੀਦਾ ਤੇ ਇਹਦਾ ਵੀਰੇ ਆਈਡੀਆ ਕੀ ਰੇਂਜ ਹੋਊਗਾ ਕੋਈ ਐਗਜ਼ੈਕਟ ਤੋਂ ਬਿਨਾ 9 ਤੋਂ 14 ਹਜ਼ਾਰ ਦੇ ਵਿੱਚ ਇੰਪੋਰਟਡ ਹਾਂ ਤੇ ਤੁਹਾਨੂੰ ਨਾ ਪ੍ਰਾਈਸ ਹਰ ਵਾਰ ਜਦੋਂ ਤੁਸੀਂ ਆ ਕੇ ਪੁੱਛੋਗੇ ਉਹ ਅਲੱਗ ਹੋਊਗਾ ਕਿਉਂਕਿ ਜਦ ਪ੍ਰੋਡਕਟ ਆਉਂਦਾ ਨਾ ਉਹਦੇ ਪ੍ਰਾਈਸ ਦੇ ਵਿੱਚ ਵੇਰੀਏਸ਼ਨਸ ਆ ਜਾਂਦੀਆਂ ਨੇ ਤਾਂ ਇਹ ਨਾ ਕਹਿਓ ਕਿ ਤੁਸੀਂ ਵੀਡੀਓ ਦੇ ਵਿੱਚ ਪ੍ਰਾਈਸ ਹੋਰ ਦੱਸਿਆ ਸੀ ਵੱਧ ਗਿਆ ਘਟ ਗਿਆ ਵੱਧ ਵੀ ਸਕਦਾ ਘਟ ਵੀ ਸਕਦਾ ਬਿਲਕੁਲ ਤੇ ਆ ਹੋਰ ਚੀਜ਼ਾਂ ਪਈਆਂ ਨੇ ਵੀਰੇ ਆਪਣੇ ਕੋਲ ਜਿਵੇਂ ਸਟੀਰੀਓ ਵਗੈਰਾ ਦਾ ਸਮਾਨ ਵੀ ਸਾਰਾ ਮਿਲ ਜਾਂਦਾ ਜੇ ਬੂਫਰਸ ਵਗੈਰਾ ਚਾਹੀਦੇ ਹੋਣ ਕੁਛ ਹੋਰ ਰੇਂਜ ਹੋ ਜਾਂਦੇ ਨੇ ਤੇ ਆ ਜੈਰੀ ਕੈਨਸ ਪਏ ਨੇ ਜੈਰੀ ਕੈਨਸ ਵੀਰੇ ਕਿੰਨੇ ਤੋਂ ਕਿੰਨੇ ਲੀਟਰ ਤੱਕ ਹੋਣਗੇ ਦੇਖੋ ਹੁਣ 5 ਲੀਟਰ ਮੈਟਲ 5 ਲੀਟਰ ABS 10 ਲੀਟਰ ਮੈਟਲ ਫਿਰ ABS ਵਾਲਾ ਫਿਲਹਾਲ ਖਤਮ ਆ ਜਾਏਗਾ 20 ਲੀਟਰ ਮੈਟਲ ਦੇ ਵਿੱਚ ਫਿਰ ਜਿਹੜੇ ਆਪਣੇ ਗ੍ਰੀਨ ਵਾਲੇ ਨੇ ਮੈਟਲ ਵਾਲੇ ਨੇ ਤੇ ਦੂਸਰੇ ਉਹ ABS ਵਾਲੇ ਨੇ ABS ਪਲਾਸਟਿਕ ਹੈਗੀ ਹੈ ਜਿੱਦਾਂ ਆਪਾਂ ਪਹਾੜਾਂ ਵਿੱਚ ਲੈ ਕੇ ਜਾਈਏ ਨਾ ਇਹ ਚੋਕ ਨਹੀਂ ਹੁੰਦੇ ਫਟਦੇ ਨਹੀਂ ਹੈਗੇ ਇਹ ਚ ਗੈਸ ਹੋ ਜਾਂਦੀ ਆ ਇਹਦੇ ਵਿੱਚ ਸਾਈਡ ਤੇ ਵਾਲਵ ਹੁੰਦਾ ਇਹਨੂੰ ਕਰ ਦੋ ਤੇ ਇਹ ਐਕਸਪਲੋਡ ਥੋੜਾ ਲੂਜ਼ ਕਰਕੇ ਰੱਖ ਦਈਏ ਹਾਂ ਨਹੀਂ ਇਹਦੇ ਵਿੱਚ ਮਤਲਬ ਜਦੋਂ ਤੁਸੀਂ ਯੂਜ਼ ਕਰਨਾ ਤੁਸੀਂ ਪਹਾੜਾਂ ਚਲੇ ਗਏ ਇਹ ਚੀਜ਼ ਐਕਸਪੈਂਡ ਕਰਦੀ ਹੈਗੀ ਆ ਇਹ ਅਸੀਂ ਖੋਲ ਲੈਣਾ ਹੈਗਾ ਇਹ ਚੋਂ ਜਿੰਨਾ ਐਕਸਟਰਾ ਪ੍ਰੈਸ਼ਰ ਹੈਗਾ ਨਿਕਲ ਜਾਏਗਾ ਤੁਸੀਂ ਆਮ ਯੂਜ਼ ਕਰੋਗੇ ਨਾ ਲੇ ਵਗੈਰਾ ਵਿੱਚ ਐਕਸਪਲੋਡ ਹੋ ਜਾਂਦਾ ਹੁੰਦਾ ਠੀਕ ਹੈ ਸੇਫਟੀ ਪਰਪਸ ਲਈ ਬਹੁਤ ਵਧੀਆ ਹਾਂ ਉਹ ਜਿਵੇਂ ਆਪਾਂ ਸਿਲੰਡਰ ਵਗੈਰਾ ਵੀ ਲੈ ਕੇ ਜਾਂਦੇ ਹਾਂ ਉਹ ਕਹਿੰਦੇ ਨੇ ਫਟਣ ਦਾ ਡਰ ਆ ਉੱਥੇ ਹਾਂ ਬਿਲਕੁਲ ਇਹੀ ਗੱਲਾਂ ਕਰਕੇ ਤੇ ਆ ਆਪਣੇ ਲੋਹੇ ਵਾਲੇ ਇਹਨਾਂ ਚ ਦਿੱਕਤ ਆਉਂਦੀ ਆ ਉਹ ਵਾਲੀ ਨਹੀਂ ਇਹਦੇ ਵਿੱਚ ਵੀ ਹੁੰਦਾ ਸੇਫਟੀ ਇਹਦੇ ਵਿੱਚ ਵੀ ਹੁੰਦਾ ਇਹਦੇ ਵਿੱਚ ਵੀ ਗੈਸ ਵਾਲਾ ਤੇ ਪ੍ਰਾਈਸਿਸ ਉਹਨਾਂ ਦੇ ਜ਼ਿਆਦਾ ਹੁੰਦੇ ਨੇ ਜਾਂ ਲੋਹੇ ਵਾਲਿਆਂ ਦੇ ABS ਵਾਲਿਆਂ ਦੇ ਜ਼ਿਆਦਾ 3 ਟਾਈਮਸ ਮੋਰ ਹੁੰਦਾ ਇਹਨਾਂ ਦਾ ਠੀਕ ਹੈ ਠੀਕ ਤੇ ਆ ਸਾਰੇ ਸਟickers ਵਗੈਰਾ ਇਹ ਮੈਟਲ ਦੇ ਵਿੱਚ ਆ ਸਾਰੇ ਸਟickers ਮੈਟਲ ਦੇ ਵਿੱਚ ਨੇ ਮਤਲਬ ਹਰ ਛੋਟੀ ਤੋਂ ਛੋਟੀ ਹਰੇਕ ਪੇਜ ਤੋਂ ਲੈ ਕੇ ਵੱਡੀ ਤੋਂ ਵੱਡੀ ਚੀਜ਼ ਤੱਕ ਤੁਹਾਨੂੰ ਗੱਡੀ ਦੀ ਅਵੇਲੇਬਲ ਉਰੇ ਮਿਲੂਗੀ ਆ ਸਾਰੇ ਸਟickers ਪਏ ਨੇ ਤੁਸੀਂ ਦੇਖ ਸਕਦੇ ਹੋ ਆ ਦੇਖ ਲਓ ਸਨੋਰਕਲ ਦੀ ਫਿਟਿੰਗ ਵਾਸਤੇ ਡੇਚਾ 에ਅਰ ਵੈਂਟ ਜੰਪਿੰਗ ਲੀਡਾਂ ਹਰ ਇੱਕ ਕੁਆਲਿਟੀ ਦੀਆਂ 5 ਫੁੱਟ ਤੋਂ ਲੈ ਕੇ 24 ਫੁੱਟ ਤੱਕ ਆਪਣੇ ਕੋਲ ਜੰਪਿੰਗ ਕੇਬਲਸ ਹੋਗੀ ਡੀ ਸ਼ੈਕਲਸ ਹੋਗੇ ਜੇ ਬਾਈ ਚਾਂਸ ਹੋਰੇ ਕੋਈ ਚੀਜ਼ ਰਹਿ ਵੀ ਜਾਊਗੀ ਤਾਂ ਵੀਰੇ ਦੀ ਮੈਨੂੰ ਲੱਗਦਾ ਵੈਬਸਾਈਟ ਵੀ ਹੈਗੀ ਆ ਮੈਂ ਸਰਚ ਕੀਤਾ ਸੀ
ਮੋਡੀਫਾਈਡ ਕੀਤੀਆਂ ਜਿਪਸੀਜ਼ ਵਗੈਰਾ ਵੀ ਆ ਜਾਣਗੀਆਂ ਯੂਟਿਊਬ ਤੇ। ਹਾਂ ਚੈਨਲ ਵੀ ਹੈਗਾ ਵੀਰੇ ਦਾ, ਉਹ ਵੀ ਮਿਲਾ ਗੋਇਲ ਮੋਟਰਸ ਦੇ ਨਾਮ ਤੋਂ ਹੀ ਆ। ਹਾਂ ਬਾਕੀ ਫਿਰ ਵੀ ਕੋਈ ਡਿਟੇਲ ਚਾਹੀਦੀ ਹੋਊਗੀ ਉੱਥੇ ਕੰਟੈਕਟ ਨੰਬਰ ਹੈਗਾ, ਤੁਸੀਂ ਕੰਟੈਕਟ ਕਰ ਸਕਦੇ ਹੋ। ਤੇ ਆਪਣੇ ਵੀਰੇ ਐਗਜ਼ੌਸਟ ਵਾਲੇ ਉਹ ਆ ਗਏ। ਹਾਂਜੀ ਇਹ ਹੈਗੇ ਡੰਮੀ ਮਫਲਰ ਐਗਜ਼ੌਸਟ ਹੈਗੇ ਆ, ਇਹ HKS ਹੋ ਗਏ ਡਬਲ ਵਾਲੇ, ਇਹ ਵੀ ਤੁਹਾਨੂੰ ਮੋਸਟ ਪ੍ਰੋਬਬਲੀ ਕਿਤੇ ਮਿਲਣਗੇ ਨਹੀਂ। ਇਹ ਵੀ ਸਾਡੇ ਕੋਲ ਪੂਰੀ ਵੈਰਾਈਟੀ ਹੈਗੀ ਆ, ਅਲੱਗ ਅਲੱਗ ਤਰ੍ਹਾਂ ਦੀ ਹਰ ਇੱਕ ਵੈਰਾਈਟੀ ਆ। ਇਹ ਆ ਗਿਆ LED ਵਾਲਾ, LED ਵਾਲਾ ਧੂਆਂ ਮਾਰਦੀ ਹੋਵੇ ਗੱਡੀ, ਤੇ ਇਹਦੇ ਵਿੱਚ ਤੁਹਾਨੂੰ ਬਲੂ ਕਲਰ ਦੀ ਲਾਈਟ ਵੀ ਮਿਲੇਗੀ, ਬਲੂ ਕਲਰ। ਹਾਂ ਠੀਕ ਹੈ, ਇਹ ਵੀ ਲੇਟੈਸਟ ਦੇ ਵਿੱਚ ਸਟਾਕ ਆਇਆ। ਫਿਰ ਆਪਾਂ ਇਕੱਲੇ ਮਫਲਰਸ ਦੀ ਗੱਲ ਕਰੀਏ ਤੇ ਆ ਵੀ ਆਪਣੇ ਕੋਲ ਮਿਲ ਜਾਣਗੇ, ਹਰ ਗੱਡੀ ਦਾ ਵੈਸੇ ਅੱਡ ਹੁੰਦਾ, ਕਿਉਂਕਿ ਹਰ ਗੱਡੀ ਦਾ ਕੰਮ ਅੱਡ ਹੁੰਦਾ, ਫਿਟਿੰਗ ਅੱਡ ਹੁੰਦੀ ਆ, ਫਿਟਿੰਗ ਦਾ ਖਰਚਾ ਵੀ ਅੱਡ ਹੁੰਦਾ, ਥੋੜੀ ਬਹੁਤ ਹੋਰ ਸਮਾਨ ਅੱਡ ਲਾਉਣਾ ਪੈ ਜਾਂਦਾ। ਤਾਂ ਇੱਕ ਆਪਾਂ ਜੇ ਆਈਡੀਆ ਮੈਕਸੀਮਮ ਟੂ ਮੈਕਸੀਮਮ ਦੱਸੀਏ ਕਿੱਥੇ ਤੱਕ ਜਾ ਸਕਦਾ। ਹਰ ਤਰ੍ਹਾਂ ਦੇ ਤੁਹਾਨੂੰ ਮਿਲ ਜਾਣਗੇ। ਜੇ ਬਾਈ ਚਾਂਸ ਕੋਈ ਨਹੀਂ ਵੀ ਮਾਡਲ ਹੋਊਗਾ, ਕਈ ਵਾਰ ਕੋਈ ਸੇਲ ਹੋ ਚੁੱਕਿਆ ਹੁੰਦਾ ਤਾਂ ਉਹ ਵੀਰਾ ਤੁਹਾਨੂੰ ਮੰਗਾ ਕੇ ਦੇ ਦੂਗਾ। ਵੈਸੇ ਲਗਭਗ ਸਾਰੇ ਮਾਡਲ ਦੇ ਪਏ ਨੇ ਹਨਾ, ਬਿਲਕੁਲ ਸਾਰੇ ਹੈਗੇ, ਮੋਮੋ, ਟਾਈਪ ਆਰ, ਸਪਾਰਕੋ, OMP, ਨੈਗੇਟਿਵ, ਪਲੇਨ, ਡੀਪ ਡਿਸ਼, ਹਰ ਤਰ੍ਹਾਂ ਦੇ ਮਟੀਰੀਅਲ ਹੈਗੇ ਆ, ਮਤਲਬ ਹਰ ਤਰ੍ਹਾਂ ਦੀ ਵਰਾਇਟੀ। ਪਲੱਸ ਇਹਨਾਂ ਦੀ ਹਬਸ ਵੀ ਮਿਲ ਜਾਣਗੀਆਂ ਹਰ ਇੱਕ ਤਰ੍ਹਾਂ ਦੀ, ਟੋਇਟਾ ਹੋਵੇ, ਹੋਂਡਾ ਹੋਵੇ, ਟਾਟਾ ਹੋਵੇ, ਮਰੂਤੀ ਹੋਵੇ, ਹਰ ਤਰ੍ਹਾਂ ਦੀ ਹਬਸ ਵੀ ਰੈਡੀਲੀ ਅਵੇਲੇਬਲ ਹੈ। ਬਾਕੀ ਅਸੀਂ ਤੁਹਾਨੂੰ ਰੇਟ ਸਰ ਚੀਜ਼ ਦੇ ਤਾਂ ਨਹੀਂ ਦੱਸ ਰਹੇ, ਕਿਉਂਕਿ ਫਿਰ ਨਾ ਤੁਸੀਂ ਜਿਹੜਾ ਰੇਟ ਇੱਕ ਵਾਰ ਸੁਣ ਲੈਂਦੇ ਹੋ ਉਹੀ ਰੇਟ ਸਾਰੇ ਜਾਣੇ ਆ ਕੇ ਮੰਗਦੇ ਨੇ ਕਿ ਵੀਰੇ ਸਾਨੂੰ ਆਹੀ ਰੇਟ ਚਾਹੀਦਾ, ਤੁਸੀਂ ਆਹ ਬੋਲਿਆ ਸੀ। ਹਰ ਵਾਰ ਰੇਟ ਅਲੱਗ ਹੁੰਦਾ ਜਦ ਵੀਰੇ ਕੋਲ ਆ ਸੇਲ ਹੋ ਜਾਂਦੇ ਨੇ, ਕਿਉਂਕਿ ਵੀਰੇ ਕੋਲ ਔਨਲਾਈਨ ਵੀ ਵੀਰਾ ਸੇਲ ਕਰਦਾ ਐਮਾਜ਼ੋਨ ਵਗੈਰਾ 'ਤੇ, ਤਾਂ ਉਹਦੇ ਕਰਕੇ ਨਾ ਚੀਜ਼ਾਂ ਨਿਕਲ ਜਾਂਦੀਆਂ ਨੇ ਜਾਂ ਦੁਬਾਰਾ ਰੇਟ ਆਉਂਦਾ ਤਾਂ ਉਹੀ ਰੇਟ 'ਚ ਵੇਚਣੇ ਪੈਂਦੇ ਨੇ ਚੇਂਜ ਕਰਕੇ। ਬਿਲਕੁਲ ਕਰੈਕਟ ਹੈ। ਹਾਂ ਬਾਕੀ ਐਂਟੀਕ ਚੀਜ਼ਾਂ ਵੀ ਮਿਲ ਜਾਣਗੇ ਸਾਡੇ ਕੋਲ, ਆ ਵਿਲੀਜ਼ ਵਗੈਰਾ ਦਾ ਜਿਵੇਂ ਸਮਾਨ ਹੁੰਦਾ ਕਿਸੇ ਨੂੰ, ਆ ਟੈਲੀਫੋਨਸ ਵਗੈਰਾ ਹੁੰਦੇ ਨੇ, ਕਈ ਵਾਰ ਅਰੇਂਜ ਨਹੀਂ ਹੋ ਰਹੇ ਹੁੰਦੇ ਆ, ਲੱਕੜ ਦੀਆਂ ਚੀਜ਼ਾਂ ਹੁੰਦੀਆਂ ਨੇ ਉਹਨਾਂ 'ਤੇ ਲੱਗਣ ਨੂੰ, ਇਹ ਸਾਰੀਆਂ ਚੀਜ਼ਾਂ ਵੀਰੇ ਕੋਲ ਪਈਆਂ ਨੇ। ਅਤੇ ਆ ਪ੍ਰਾਡ ਵਗੈਰਾ ਦੇ ਹੋ ਗਏ, ਥਾਰ 'ਤੇ ਲਾਉਣ ਨੂੰ ਜਾਂ ਪਿੱਛੇ ਲਾਉਣ ਵਾਲਾ ਹੋ ਗਿਆ ਟਾਇਰ ਦੇ, ਜੀ ਰਿਕੁਆਇਰਮੈਂਟ ਹੋਊਗੀ ਦੇਖ ਕੇ ਆਪੇ ਸਮਝੂਗਾ ਵੀ ਕੀ ਚੀਜ਼ ਆ। ਆ ਰੈਂਗਲਰਸ ਦੇ, ਇਹ ਸਭ ਤੋਂ ਪੁਰਾਣਾ ਮਾਡਲ, ਫਿਰ ਮਿਡਲ ਦੇ ਵਿੱਚ, ਫਿਰ ਜ਼ਿਆਦਾਤਰ ਆ ਚੱਲ ਰਹੇ LED ਤੇ ਵਿਦਆਊਟ LED। ਇਹ ਵੀਰੇ ਆਪਣੇ ਥਾਰਜ ਵਗੈਰਾ ਨੂੰ ਹਨਾ ਹਰੇਕ ਨੂੰ ਲੱਗ ਜਾਂਦੇ ਨੇ ਇਹ ਚੀਜ਼ਾਂ, ਦਾ ਥਾਰ ਨੂੰ ਵੀ ਲੱਗਦੇ ਆ, ਜਿਪਸੀ ਨੂੰ ਵੀ ਲੱਗਦੇ ਆ, ਹੋਰ ਕਮਰਸ਼ੀਅਲ ਵਹੀਕਲ ਜੋ ਕਿ ਸਾਰਿਆਂ ਨੂੰ ਲੱਗ ਜਾਂਦੇ, ਮੋਸਟਲੀ ਹਰ ਗੱਡੀ ਤੇ ਫਿਟਿੰਗ ਆ ਜਾਂਦੀ ਹੈ ਇਹਨਾਂ ਦੀ। ਕਾਰਸ ਤੇ ਆ ਜਾਂਦੀ ਹੈ, ਕਾਰਸ ਤੇ ਤਾਂ ਨਹੀਂ ਆਉਂਦੀ ਹੁਣ, ਕਾਰਸ ਤੇ ਤੇ ਘੱਟ ਹੀ ਲਵਾਂਦੇ ਜਿੱਦਾਂ ਕਮਰਸ਼ੀਅਲ ਵਹੀਕਲ ਹੋ ਗਏ ਨਾ ਹੈਵੀ, ਉਹਨਾਂ ਤੇ ਉਹਨਾਂ ਦੇ ਲੱਗ ਜਾਂਦੇ ਨੇ। ਤੇ ਉੱਪਰ ਵੀਰੇ ਉਹ ਆਪਣੇ ਕੋਲ ਫਿਲਟਰ ਪਏ ਨੇ ਹਨਾ, ਹਾਂਜੀ ਇਹਨਾਂ ਦੀ ਜਿੱਦਾਂ ਆਪਾਂ ਸਨੋਰਕਲ ਅਟੈਚ ਕਰੀਏ, ਫਿਲਟਰਸ ਕਰੀਏ, ਉਹਨਾਂ ਵਾਸਤੇ ਫਲੈਕਸੀਬਲ ਪਾਈਪਸ ਆ ਗਈਆਂ, ਬਾਕੀ KNN ਦਾ ਛੋਟਾ ਤੇ ਵੱਡਾ ਫਿਲਟਰਸ ਵੀ ਮਿਲ ਜਾਣਗੇ ਆਪਣੇ ਕੋਲ। ਤੇ ਆ ਲਾਈਟਸ ਆ ਗਈਆਂ ਹਨਾ ਦਿਖਾਉਣ ਵਾਸਤੇ, ਇਹ LED ਲਾਈਟਸ ਆ ਗਈਆਂ ਪ੍ਰੋਜੈਕਟਰ ਵਾਲੀਆਂ, ਇਹ ਆਪਣੇ ਕੋਲ ਕਿੰਨੇ ਵਾਟ 'ਚ ਪਈਆਂ ਨੇ ਵੀਰੇ? ਇਹ ਸਾਡੇ ਕੋਲ 30 ਵਾਟ ਤੋਂ ਲੈ ਕੇ 90 ਵਾਟ, 30 ਤੋਂ 90 ਤੱਕ ਪਈਆਂ ਨੇ। ਫਿਰ ਵੀ ਇਹਨਾਂ ਤੋਂ ਬਿਨਾਂ ਵੀ ਜੇ ਤੁਸੀਂ ਕਿਤੇ ਕੋਈ ਮਾਡਲ ਦੇਖਿਆ ਹੋਊਗਾ, ਤੁਹਾਨੂੰ ਚਾਹੀਦਾ ਹੋਊਗਾ ਵੀਰੇ ਨੂੰ ਕਾਲ ਕਰਕੇ ਦੱਸ ਕੇ ਆ ਜਿਓ, ਤੁਹਾਨੂੰ ਅਵੇਲੇਬਲ ਕਰਾ ਦੇਣਗੇ, ਤੁਹਾਨੂੰ ਅਵੇਲੇਬਲ ਕਰਾ ਦੇਣਗੇ ਉਹ। ਬਾਕੀ ਇਹਦੇ ਵਿੱਚ ਸਾਡੇ ਕੋਲ ਸਵਿਚ ਪੈਨਲ ਵੀ ਮਿਲ ਜਾਣਗੇ ਰੈਂਗਲਰ ਦੇ, ਕਿਸੇ ਵੀ ਗੱਡੀ ਵਾਸਤੇ ਸਵਿਚ ਪੈਨਲ। ਹਾਂ ਇਹ ਵਾਟਰਪਰੂਫ ਹੁੰਦੇ ਆ, ਤੇ ਜਿਹੜੇ ਕਈ ਵਾਰ ਨਾ ਆਪਾਂ ਦੇਖ ਲੈਂਦੇ ਹਾਂ ਸੁੱਚੇ ਜਾਂ ਦੂਸਰੀਆਂ ਲੱਗੀਆਂ ਹੁੰਦੀਆਂ, ਉਹਨਾਂ ਨਾਲੋਂ ਤਾਂ ਬਹੁਤ ਜ਼ਿਆਦਾ ਸੋਹਣੇ ਲੱਗਦੇ ਨੇ। ਅਤੇ ਆ RPM ਮੀਟਰਸ ਵਗੈਰਾ ਵੀ ਮਿਲ ਜਾਣਗੇ, RPM ਮੀਟਰਸ ਨੇ, RPM ਵੀ ਹੈਗਾ, ਟੈਕਨੋ ਵੀ ਹੈਗਾ ਤੇ ਬੈਟਰੀ ਵਾਲਾ। ਹਾਂ ਤਿੰਨੋਂ ਇਹ ਥਾਰ ਵਗੈਰਾ ਦੇ ਵਿੱਚ ਵੀ ਫਿੱਟ ਕਰਾ ਸਕਦੇ ਹੋ, ਕਿਸੇ ਵੀ ਗੱਡੀ 'ਚ ਜਿਹੜੀਆਂ ਆਪਾਂ ਤਿਆਰ ਵਗੈਰਾ ਕਰਾਉਂਦੇ ਹਾਂ ਨਾ, ਨੋਰਮਲ ਗੱਡੀਆਂ 'ਚ ਵੀ ਫਿੱਟ ਹੋ ਜਾਣਗੇ ਜੇ ਕਿਸੇ ਨੇ ਕਰਾਉਣਾ ਹੋਊਗਾ, ਕਾਰ ਵਗੈਰਾ 'ਚ ਆ ਜਾਣਗੇ, ਆਪਾਂ ਵੀ ਲੈ ਕੇ ਚੱਲੇ ਹਾਂ। ਤੇ ਆ ਨਾਲ ਆ ਗਿਆ, ਇਹ ਤਾਂ ਜਿਪਸੀ ਵਗੈਰਾ ਵਾਸਤੇ ਹੀ ਹੈ ਹਨਾ ਵੀਰੇ? ਹਾਂ ਨਹੀਂ, ਇਹ ਵੀ ਸਾਰਿਆਂ ਵਾਸਤੇ ਇਹ ਫਸਟ ਟਾਈਮ ਹੈਗਾ, ਇਹ ਡਿਜੀਟਲ ਹੈਗਾ, ਬਾਕੀ ਸਾਰੇ ਐਨਾਲੋਗ ਹੈਗੇ, ਇਹ ਡਿਜੀਟਲ ਹੈ, ਇਹ ਵੀ RPM ਮੀਟਰ ਹੈਗਾ, ਇਹ ਡਿਜੀਟਲ ਆ, ਆ ਸਾਰੇ ਐਨਾਲੋਗ, ਇਹ ਐਨਾਲੋਗ ਨੇ, ਟੈਕਨੋ ਹੋ ਗਿਆ, ਵੋਲਟ ਹੋ ਗਿਆ, ਵਾਟਰ ਟੈਂਪਰੇਚਰ ਹੋ ਗਿਆ, ਸਾਰੇ ਅਲੱਗ ਅਲੱਗ ਵਰਾਇਟੀ ਇਹ ਵੀ ਅਵੇਲੇਬਲ ਹੈਗੀ ਆ। ਠੀਕ ਹੈ, ਤੇ ਆ ਆਪਣੀਆਂ ਪਾਲਿਸ਼ਿਸ ਵਗੈਰਾ ਆ ਗਈਆਂ, ਕਲੀਨਰ ਹੋ ਗਏ। ਹਾਂ ਤੇ ਤੁਹਾਡਾ ਜਿਹੜਾ ਆਪਾਂ ਨੂੰ ਜਿਪਸੀ ਦਾ ਸਮਾਨ ਮਿਲੂਗਾ ਨਾ, ਤਾਂ ਸਾਰਾ ਓਰੀਜਨਲ ਮਿਲ ਜੂਗਾ, ਮਰੂਤੀ ਸੁਜ਼ੂਕੀ ਜੈਨੂਅਲ ਪਾਰਟਸ, ਹਾਂਜੀ ਬਿਲਕੁਲ ਜੈਨੂਅਲ ਮਿਲ ਜਾਣਗੇ। ਹਾਂ ਜੇ ਤੁਹਾਨੂੰ ਕਈ ਵਾਰ ਕੋਈ ਮਤਲਬ ਸਸਤੀ ਚੀਜ਼ ਚਾਹੀਦੀ ਹੁੰਦੀ ਹੈ ਉਹ ਵੀ ਮਿਲ ਜਾਂਦੀ ਆ, ਪਰ ਵੀਰਾ ਜ਼ਿਆਦਾਤਰ ਸਾਰੀਆਂ ਜੈਨੂਅਨ ਚੀਜ਼ਾਂ ਰੱਖਦਾ ਅਤੇ ਜੈਨੂਅਨ 'ਚ ਹੀ ਡੀਲ ਕਰਦਾ।
ਕਿਉਂਕਿ ਫਿਰ ਕੰਪਲੇਂਟਸ ਨਹੀਂ ਆਉਂਦੀਆਂ ਹੈਗੀਆਂ। ਹਾਂ ਹੈਲਾ ਵਗੈਰਾ ਦੀਆਂ ਲਾਈਟਸ ਵੀ ਹੋਣਗੀਆਂ ਨਾ ਵੀਰੇ? ਸਾਰੀ ਹੈਲਾ ਦੀ ਸਭ ਤੋਂ ਬੈਸਟ ਜਿਹੜੀ ਹੈਗੀ 3003 ਵੈਲਿਊ ਫਿਟ, ਫਿਰ HIDs, ਫਿਰ ਲੋਕਲ ਆ ਜਾਂਦੀਆਂ, ਫਿਰ ਵਿਲੀਜ਼ ਵਾਸਤੇ ਆ ਜਾਂਦੀਆਂ, ਹਰ ਇੱਕ ਵੈਰਾਈਟੀ ਹੈ। ਮਤਲਬ ਵਿਲੀਜ਼ ਵਗੈਰਾ ਦਾ ਵੀ ਆਪਣੇ ਕੋਲ ਟੋਟਲ ਸਮਾਨ ਮਿਲ ਜਾਂਦਾ ਸਾਰਾ? ਟੋਟਲ ਠੀਕ ਹੈ, ਠੀਕ ਹੈ, ਠੀਕ ਹੈ। ਵਿਲੀਜ਼ ਦਾ ਮਿਲ ਜਾਏਗਾ ਜਿਪਸੀ ਦਾ, A2Z, ਥਾਰ ਦਾ, 540, 550, ਐਵਰੀਥਿੰਗ। ਤੇ ਵੀਰੇ ਜਿਹੜੀ ਆਪਣੇ ਕੋਲ ਆਹ ਚੀਜ਼ ਪਈ ਹੈ ਇਹ ਕੀ ਆ ਗ੍ਰੀਨ ਦੇ ਵਿੱਚ? ਇਹ ਰੈਂਗਲਰ, ਰੈਂਗਲਰ ਦੇ ਓਰੀਜਨਲ ਹੈਗੇ ਡੀ ਸ਼ੈਕਲਸ। ਡੀ ਸ਼ੈਕਲਸ? ਹਾਂਜੀ, ਰੈਂਗਲਰ ਦੀ ਹਰ ਇੱਕ ਅਸੈਸਰੀ ਮਿਲ ਜਾਏਗੀ, ਇਹ ਮਿਲ ਜਾਣਗੇ ਹਮਰ ਰੂਫ ਲਾਈਟ, ਹੁੱਡ ਲੈਸ਼ਿਸ, ਬੋਨਟ, ਹਰ ਇੱਕ ਤਰ੍ਹਾਂ ਦੀ ਵੈਰਾਈਟੀ ਮਿਲ ਜਾਂਦੀ ਰੈਂਗਲਰ ਸਮਾਨ ਦੀ। ਤੇ ਆਪਣੀਆਂ ਛੋਟੀਆਂ ਸਾਰੀਆਂ ਫੋਗ ਲਾਈਟਸ ਤੇ ਹਨਾ ਵਿੱਚ ਫੋਗ ਲਾਈਟਸ ਹੋ ਗਈਆਂ, ਵੈਰਾਈਟੀ ਨਾ ਬਹੁਤ ਜ਼ਿਆਦਾ ਹਲੇ ਉਰੇ ਵੀ ਪੂਰੀ ਨਹੀਂ ਹੈਗੀ ਵੀਰੇ ਉਹਨਾਂ ਕੋਲੇ। ਆਹ ਦੇਖੋ ਇੱਧਰ ਅੰਦਰ ਵੀ ਸਾਰਾ ਸਮਾਨ ਭਰਿਆ ਪਿਆ, ਇੱਕ ਪਿੱਛੇ ਜਾ ਕੇ ਗਡਾਊਨ ਵੀ ਆ, ਮੈਂ ਹੁਣ ਜਾ ਕੇ ਆਇਆ, ਉਹ ਵੀ ਸਾਰਾ ਭਰਿਆ ਪਿਆ। ਉਰੇ ਪੂਰੀ ਡਿਸਪਲੇ ਕਰਨ ਨੂੰ ਵੀ ਜਗ੍ਹਾ ਨਹੀਂ ਹੈਗੀ, ਇੰਨਾ ਸਮਾਨ ਪਿਆ ਮੇਰੇ ਕੋਲ। ਡਿਸਪਲੇ ਕਰਨ ਨੂੰ ਅਸੀਂ ਦੇਖ ਰਹੇ ਹਾਂ ਗਡਾਊਨ ਤੇ ਉਹਦੇ ਵਿੱਚ ਕਰਾਂਗੇ ਨੈਕਸਟ ਟਾਈਮ, ਬਾਕੀ ਜਿਪਸੀ ਵਗੈਰਾ ਦਾ ਹੋਰ ਬਾਕੀ ਸਾਰਾ ਸਮਾਨ। ਡੈਸ਼ਬੋਰਡ ਵਗੈਰਾ ਸਾਰਾ ਕੁਝ ਤੁਹਾਨੂੰ A2Z ਓਰੀਜਨਲ ਮਿਲ ਜਾਏਗਾ। ਅੰਡਰ ਬਾਡੀ ਕਿਟਸ ਨੇ ਨਾ ਵੀਰੇ ਥਾਰ ਵਗੈਰਾ ਦੀਆਂ? ਹਾਂਜੀ, ਥਾਰ, ਜਿਪਸੀ, ਜਿਪਸੀ ਦੀਆਂ। ਆ ਜਿਪਸੀ ਦਾ ਸਟਾਕ ਹੈ, ਇਹ ਜਾ ਰਿਹਾ ਬਾਹਰ ਇਹ ਸਟਾਕ। ਹਾਂ, ਗੋਇਲ ਮੋਟਰ ਜਲੰਧਰ, ਇਹਦੇ ਵਿੱਚ ਫਰੰਟ ਡਿਫਰੈਂਸ਼ੀਅਲ ਦਾ ਗਾਰਡ, ਰੀਅਰ ਡਿਫਰੈਂਸ਼ੀਅਲ ਦਾ ਗਾਰਡ, 4x4 ਦਾ ਗਾਰਡ ਤੇ ਟੈਂਕੀ ਦਾ ਗਾਰਡ। ਇਹ ਜਿਪਸੀ ਦੇਣੇ ਵੀਰੇ ਸਾਰਾ ਕੁਝ? ਜਿਪਸੀ ਦੇਣੇ, ਥਾਰ ਦੇ ਵੀ ਮਿਲ ਜਾਣਗੇ, 550 ਦਾ ਵੀ ਮਿਲ ਜਾਣਗੇ। 550 ਦੇ ਵੀ? ਹਾਂ ਠੀਕ ਹੈ, ਠੀਕ ਹੈ, ਠੀਕ ਹੈ। ਬਾਕੀ ਯਾਰ ਜੇ ਕੋਈ ਵੀ ਚੀਜ਼ ਰਹਿ ਗਈ ਹੋਊਗੀ ਤਾਂ ਵੀਰੇ ਉਹਨਾਂ ਦਾ ਨੰਬਰ ਡਿਸਕ੍ਰਿਪਸ਼ਨ ਦੇ ਵਿੱਚ ਮੈਂ ਪਾ ਦੂੰਗਾ, ਤੁਸੀਂ ਮੈਂ ਡਿਸਕ੍ਰਿਪਸ਼ਨ 'ਚ ਦੇਖਣ ਦੀ ਵੀ ਲੋੜ ਨਹੀਂ, ਚਾਹੇ ਗੂਗਲ 'ਤੇ ਦੇਖ ਲਿਓ, ਤੁਹਾਨੂੰ ਗੂਗਲ 'ਤੇ ਨਾਲ ਦੀ ਨਾਲ ਨੰਬਰ ਮਿਲ ਜੂਗਾ। ਪ੍ਰਾਈਜ਼ ਬਹੁਤ ਠੀਕ ਨੇ, ਉਹ ਮੈਂ ਹੁਣ ਤਾਂ ਹੀ ਦੱਸ ਰਿਹਾ ਕਿਉਂਕਿ ਮੈਂ ਵੀ ਸਾਰੀ ਜਗ੍ਹਾ ਟਰਾਈ ਕਰਕੇ ਆਇਆ, ਤਾਂ ਹੀ ਮੈਂ ਆ ਕੇ ਉਰੋਂ ਲੈ ਰਿਹਾ। ਜੇ ਆਪਦੇ ਵਾਸਤੇ ਲੈ ਰਿਹਾ ਮੈਂ, ਤਾਂ ਹੀ ਤੁਹਾਨੂੰ ਸੁਜੈਸਟ ਕਰ ਰਿਹਾ, ਅੱਖਾਂ ਬੰਦ ਕਰਕੇ ਆ ਜਿਓ ਅਤੇ ਆ ਕੇ ਜਿਹੜਾ ਸਮਾਨ ਲੈ ਕੇ ਜਾਣਾ ਲੈ ਜਿਓ। ਜੇ ਫਿਰ ਵੀ ਕੋਈ ਇਨਫੋਰਮੇਸ਼ਨ ਰਹਿ ਗਈ ਹੋਈ ਤਾਂ ਮੈਨੂੰ ਕਮੈਂਟ ਕਰਕੇ ਦੱਸ ਦਿਓ, ਮੈਂ ਤੁਹਾਨੂੰ ਉਹਦਾ ਰਿਪਲਾਈ ਦੇ ਦੂੰਗਾ। ਅਤੇ ਹਾਂ, ਰੇਟਸ ਵਗੈਰਾ ਫੋਨ 'ਤੇ ਪਲੀਜ਼ ਨਾ ਪੁੱਛੋ ਜਾਂ ਵਿਜ਼ਿਟ ਕਰ ਲਿਓ, ਕਿਉਂਕਿ ਫੋਨ 'ਤੇ ਕਈ ਵਾਰ ਲੋਕ ਪੁੱਛ ਲੈਂਦੇ ਨੇ ਪਰ ਆਉਂਦੇ ਨਹੀਂ ਹੈਗੇ ਕੰਪੈਰੀਜ਼ਨ। ਹਾਂ, ਕਿਉਂਕਿ ਨਾ ਕਈ ਵਾਰ ਅਗਲਾ ਤੁਹਾਨੂੰ ਉਹ ਲੋਅ ਕੁਆਲਿਟੀ ਦੇ ਰਿਹਾ ਹੁੰਦਾ, ਉਹਦੇ ਵਿੱਚ ਹੀ ਦੋ ਕੁਆਲਿਟੀਜ਼ ਪਈਆਂ ਨੇ। ਜਦ ਤੁਸੀਂ ਉਰੇ ਆਓਗੇ ਨਾ, ਤੁਸੀਂ ਵੀਰੇ ਨੂੰ ਕਹੋਗੇ ਕਿ ਮੈਨੂੰ ਆਹ ਚੀਜ਼ ਉੱਥੇ ਵੱਧ ਘੱਟ ਸਸਤੀ ਮਿਲ ਰਹੀ ਸੀ, ਤਾਂ ਵੀਰੇ ਤੁਹਾਨੂੰ ਡਿਫਰੈਂਸ ਦੱਸੂਗਾ ਵੀ ਉੱਥੇ ਤੈਨੂੰ ਆਹ ਚੀਜ਼ ਦੇ ਰਹੇ ਸੀ, ਉਰੇ ਆਹ ਚੀਜ਼ ਆ। ਜੇ ਬਾਈ ਚਾਂਸ ਟੁੱਟ ਜਾਵੇ ਤੇ ਇਹਦੀ 1 ਇਅਰ ਦੀ ਵਾਰੰਟੀ ਹੈਗੀ, ਰਿਪਲੇਸਮੈਂਟ ਹੋ ਜਾਂਦਾ। ਪਲੱਸ ਇਹ ਕਿਸੇ ਨੂੰ ਨੁਕਸਾਨ ਨਹੀਂ ਕਰਦੀ, ਲੋਹਾ ਜਦੋਂ ਟੁੱਟਦਾ ਨਾ ਤੇ ਉਹ ਨੁਕਸਾਨ ਅਗਲੀ ਗੱਡੀ ਦਾ ਜਾਂ ਪਿਛਲੀ ਗੱਡੀ ਦਾ ਕਰਦਾ ਹੀ ਕਰਦਾ। ਤੇ ਮੈਟਲ ਵੀ ਮਿਲ ਜਾਏਗੀ, ਸਿੰਥੈਟਿਕ ਵੀ ਮਿਲ ਜਾਏਗਾ। ਜ਼ਿਆਦਾਤਰ ਆਪਣੇ ਜਿਵੇਂ ਜਿਪਸੀ ਵਗੈਰਾ ਵਿੱਚ ਕੋਈ 12,000 LBS ਤਾਂ ਨਹੀਂ ਲਾਉਂਦਾ, 8-9 ਹੀ ਲਾਉਂਦੇ ਨੇ ਹਨਾ, 5-8-9। ਇਸ ਵੇਲੇ ਜੋ ਇਹਦੀ ਰੇਂਜ ਹੈ ਨਾ ਸਰ, ਉਹ 8-9 ਹਜ਼ਾਰ ਤੋਂ ਵੀ ਸਸਤੀ ਹੈਗੀ ਆ ਜੇ ਤੁਸੀਂ ਬਾਕੀ ਕੰਪਨੀਆਂ ਨਾਲ ਕੰਪੇਅਰ ਕਰੋ। ਤੇ ਇਸ ਵੇਲੇ ਫਸਟ ਨੰਬਰ ਤੇ ਅਸੀਂ ਇਹੀ ਲਾ ਰਹੇ ਜਿਪਸੀ ਦੇ ਵਿੱਚ। ਮੈਂ ਖੁਦ ਨੇ 15 ਗੱਡੀਆਂ ਨੂੰ ਲਾ ਦਿੱਤੀਆਂ, 15 ਗੱਡੀਆਂ ਨੂੰ। ਹਾਂ, 12,000। ਤੇ ਜੇ ਆਪਾਂ ਆਈਡੀਆ ਪੁੱਛੇ ਕਿਸੇ ਨੇ ਲਾਉਣਾ ਹੋਵੇ ਜਾਂ ਕੋਈ ਕਿਸੇ ਹੋਰ ਸਟੇਟ ਤੋਂ ਦੇਖ ਰਿਹਾ ਹੁੰਦਾ, ਅਗਲੇ ਦਾ ਆਉਣਾ ਨਹੀਂ ਪੋਸੀਬਲ ਹੁੰਦਾ, ਜੇ ਆਪਾਂ ਇੱਕ ਆਈਡੀਆ ਦੇਈਏ ਉਹਨੂੰ ਮੋਟਾ ਮੋਟਾ। ਹਾਂਜੀ, ਇਸ ਵੇਲੇ ਜੋ ਸਿੰਥੈਟਿਕ ਦਾ ਹੈਗਾ 12,000, 36,000 ਵਿਦ ਡਿਲੀਵਰੀ ਹੋ ਜਾਏਗਾ। ਤੇ ਇਹਦੇ ਵਿੱਚ ਮੈਟਲ ਆਏਗੀ ਉਹ 4,000 ਸਸਤੀ ਹੈ, 32,000। ਠੀਕ ਹੈ, ਠੀਕ ਹੈ। ਤੇ ਆਪਣੇ ਕੋਲ ਜਿੱਦਾਂ 4WD ਹੋ ਗਿਆ, ਥਾਰ ਦੇ ਆਟੋਮੈਟਿਕ ਮਿਲ ਜਾਣਗੇ, ਲਾਮਡਾ ਦੇ ਮਿਲ ਜਾਣਗੇ ਮੈਨੂਅਲ, ਜਿਪਸੀ ਵਾਸਤੇ, ਥਾਰ ਵਾਸਤੇ, ਸਕੋਰਪੀਓ ਵਾਸਤੇ, ਹਰ ਇੱਕ ਚੀਜ਼ ਦੀ ਮੇਰੇ ਕੋਲ 100% ਵੈਰਾਈਟੀ ਅਵੇਲੇਬਲ ਹੈਗੀ ਆ। ਤੇ ਜਿਪਸੀ ਵਾਸਤੇ ਜਿਵੇਂ ਲੋਕਾਂ ਨੂੰ ਹਬਸ ਵਗੈਰਾ ਚਾਹੀਦੇ ਹੁੰਦੇ ਨੇ, ਉਹ ਵੀ ਸਾਰਾ ਕੁਝ ਆਪਣੇ ਕੋਲ? ਹਾਂ, ਸੀਨ ਦੀ ਵੀ ਮਿਲ ਜਾਏਗੀ, ਲਾਮਡਾ ਦੀ ਵੀ ਓਰੀਜਨਲ ਮਿਲ ਜਾਏਗੀ। ਕਿਹਦੀ ਜ਼ਿਆਦਾ ਵਧੀਆ ਹੁੰਦੀ ਹੈ ਜੇ ਲੋਕਾਂ ਨੂੰ ਪ੍ਰੈਫਰ ਕਰੀਏ? ਨਹੀਂ, ਦੋਨੋਂ ਹੀ ਬੈਸਟ ਆ, ਕੋਈ ਕੰਪਲੇਂਟ ਨਹੀਂ। ਠੀਕ ਹੈ, ਬਾਕੀ ਟੋ ਹੁੱਕਸ ਹੋ ਗਈ, ਕਪਲਰ ਦੇ ਇਹ ਹੋ ਗਏ, ਆਪਾਂ ਰਾਣਾ ਕਰਦੇ। ਤੇ ਵੀਰੇ ਮੈਨੂੰ ਲੱਗਦਾ ਉਹ ਮੈਨੂੰ ਲੀਫ ਸਪ੍ਰਿੰਗਸ ਪਏ ਦਿਖ ਰਹੇ ਨੇ, ਡਾਕਟਰ ਨੈਨੋ ਦੇ ਨੇ? ਕਾਰ ਵਾਸਤੇ ਚੀਜ਼ ਚਾਹੀਦੀ ਹੋਵੇ, ਉਹਦੇ ਖਰਾਬ ਹੋਏ ਹੋਣ, ਉਹਨਾਂ ਵਾਸਤੇ ਆਉਂਦੇ ਨੇ ਇਹਦੇ ਵਿੱਚ? ਕਾਰ ਵਾਸਤੇ ਜਿਹੜੀ ਇਸ ਵੇਲੇ ਬੈਸਟ ਚੱਲ ਰਿਹਾ ARC ਸ਼ੋਕਰ, ਕੋਇਲ ਸਪ੍ਰਿੰਗ ਹੋਣ ARC ਮਿਲ ਜਾਂਦੇ। ਹਾਂਜੀ, ਕਾਰਾਂ ਵਾਸਤੇ ਵੈਸੇ ਡਾਕਟਰ ਨੈਨੋ ਦੇ ਬੈਸਟ ਰਹਿੰਦੇ ਨੇ ਹਨਾ, ਇਹ ਕੰਫਰਟ ਦੇ ਵਿੱਚ ਬੈਸਟ ਹੈਗੇ। ਜੇ ਆਪਾਂ ਕਿਸੇ ਨੂੰ ਆਈਡੀਆ ਦੇਈਏ ਉਹਨੇ ਆਪਦੇ ਥਾਰ ਦੇ, ਉਹ ਮਤਲਬ ਜਿਪਸੀ ਦੇ ਵਿੱਚ ਦੂਸਰੇ ਆਪਣੇ ਕਮਾਣੀਆਂ ਕਢਾ ਕੇ ਇਹ ਲਵਾਉਣੇ ਹੋਣ, ਹਾਂਜੀ, ਤਾਂ ਕਿੰਨਾ ਕੁ? ਟੈਂਟੇਟਿਵ ਇਹਦਾ 85,000 ਦੀ ਗੇਟ ਆਉਂਦੀ, ਜਿਹਦੇ ਵਿੱਚ ਕਮਾਣੀਆਂ ਹੁੰਦੀਆਂ, ਬੁਸ਼ ਹੁੰਦੇ ਆ ਤੇ ਸ਼ੌਕਰ ਹੁੰਦੇ ਆ, 1 ਇਅਰ ਵਾਰੰਟੀ ਦੇ ਨਾਲ। ਠੀਕ ਆ, ਤੇ ਆਪਣੇ ਕੋਲ ਬ੍ਰੈਂਡ ਨਿਊ 4x4 ਮਿਲ ਜਾਏਗਾ ਜਿਪਸੀ ਦਾ।
ਬ੍ਰਾਂਡ ਨਿਊ 4x4 ਇਹਦੀ ਸਭ ਤੋਂ ਵੱਧ ਦਿੱਕਤ ਆ ਰਹੀ ਹੈ ਕਿਉਂਕਿ ਜਿਪਸੀ ਹੁਣ ਪੁਰਾਣੀਆਂ ਹੋ ਚੁੱਕੀਆਂ 4x4 ਦੇ ਵਿੱਚ ਦਿੱਕਤ ਆਉਂਦੀ ਹੈ ਜ਼ਿਆਦਾ ਪੱਕਾ ਕਰਦੇ ਹਾਂ 90% ਜਿਹੜੀ ਇਸ ਵੇਲੇ ਡਿਮਾਂਡ ਹੀ ਹੈਗੀ ਇਹਦੀ ਆ ਤੇ ਕੀ ਪ੍ਰਾਈਸ ਵਗੈਰਾ ਹੋਊਗਾ ਇਹਦਾ ਇਹਦਾ ਫਿਲਹਾਲ ਜਿਹੜਾ ਟੈਂਟੇਟਿਵ ਚੱਲ ਰਿਹਾ 70 ਦੇ ਅਰਾਊਂਡ ਚੱਲ ਰਿਹਾ 70-75 ਲੋਕੀ ਬਹੁਤ ਮਹਿੰਗੀਆਂ ਮਹਿੰਗੀਆਂ ਦੇ ਰਹੇ ਨੇ ਇਹ ਵੀ ਫਿਰ ਵੀ ਵੀਰਾ ਬਹੁਤ ਠੀਕ ਕਿਉਂਕਿ ਮੈਂ ਇੱਕ ਮੁੰਡੇ ਦੀ ਟੁੱਟ ਗਈ ਸੀ ਉਹਦੀ ਅਸੀਂ ਪੁੱਛਦੇ ਸੀ ਲੋਕਾਂ ਨਾਲੋਂ ਬਹੁਤ ਜ਼ਿਆਦਾ ਰੇਟ ਠੀਕ ਆ ਵੀਰੇ ਬਿਲਕੁਲ ਲੋਕੀ ਬਹੁਤ ਜ਼ਿਆਦਾ ਮੰਗਦੇ ਨੇ ਇਹਨਾਂ ਦਾ ਵੀ ਕਿਉਂਕਿ ਉਹ ਵੀ ਬ੍ਰਾਂਡ ਨਿਊ ਦਾ ਫਿਰ ਵੀ ਕਿਸੇ ਚੀਜ਼ ਦੀ ਕਮੀ ਪੇਸ਼ੀ ਹੋਊਗੀ ਤੁਸੀਂ ਕਾਲ ਕਰਿਓ ਪੁੱਛਿਓ ਉਰੇ ਤੱਕ ਵਲੌਗ ਦੇਖਣ ਵਾਸਤੇ ਤੁਹਾਡਾ ਸਾਰਿਆਂ ਦਾ ਥੈਂਕ ਯੂ ਤੇ ਹੁਣ ਆਪਾਂ ਮਿਲਦੇ ਹਾਂ ਕਿਸੇ ਅਗਲੇ ਵਲੌਗ ਦੇ ਵਿੱਚ ਠੀਕ ਆ।